ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਜਿਹੜੀ ਚਰਚਾ ਛਿੜੀ ਹੋਈ ਹੈ, ਇਹਨੂੰ ਅਕਾਲੀ ਦਲ ਕਿੱਦਾਂ ਦੇਖ ਰਿਹਾ? ਨਹੀਂ, ਮੈਨੂੰ ਲੱਗਦਾ ਵੀ ਇਹ ਕੋਈ ਚਰਚਾ, ਜਿਹੜੇ ਕੁਝ ਲੋਕ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਚਾਹੁੰਦੇ ਆ ਅਤੇ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਕੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਜਿਹੜਾ ਨਿਸ਼ਾਨੇ 'ਤੇ ਲੈ ਰਹੇ ਨੇ, ਉਹ ਲੋਕਾਂ ਵੱਲੋਂ ਚਲਾਈ ਗਈ ਚਰਚਾ ਹੈ। ਮੈਂ ਇਹ ਸਮਝਦਾ ਕਿ ਪ੍ਰਦੀਪ ਕਲੇਰ ਨੇ ਕਿਹੜੀ ਗੱਲ ਨਵੀਂ ਕਰਤੀ, ਉਹਨੇ ਪਾਲਿਸ਼ ਕਰਕੇ ਗੱਲ ਕੀਤੀ ਆ ਅਤੇ ਚੈਨਲਾਂ 'ਤੇ ਬੈਠ ਕੇ ਉਹਨੇ ਇਸ ਗੱਲ ਲਈ ਇੱਕ ਨਵੀਂ ਗੱਲ ਦਿੱਤੀ ਹੈ। ਇਹ ਪਹਿਲੇ ਜੋ ਕੁਛ ਉਹ ਕਹਿ ਰਿਹਾ ਉਹ ਕੁਛ ਪਹਿਲਾਂ ਵੀ ਹੋ ਰਿਹਾ। ਉਸ ਗੱਲ ਦੀ ਸ਼ਿਕਾਇਤ ਜਿਹੜੀ ਆ ਅਕਾਲੀ ਦਲ ਦੇ ਸਾਥੀ ਰਹੇ ਜਿਹੜੇ ਲੋਕ ਆ, ਜਿਹੜੇ ਉਸ ਸਮੇਂ ਸਾਰੇ ਸਾਥੀ ਇਕੱਠੇ ਰਹੇ, ਉਹਨਾਂ ਨੇ ਇੱਕ ਮੰਨਿਆ ਕਿ ਅਸੀਂ ਦੋਸ਼ ਹੋਇਆ ਸੀ, ਉਦੋਂ ਵਿੱਚ ਸ਼ਾਮਿਲ ਸੀ। ਉਹਨਾਂ ਇੱਕ ਪੱਤਰ ਦਿੱਤਾ ਅਤੇ ਉਹ ਪੱਤਰ ਦੀ ਜਿਹੜੀ ਆ ਕਿਨਾ ਵੇਟ ਕਰਨੀ ਚਾਹੀਦੀ ਆ। ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ, ਉਹ ਪੇਸ਼ ਹੋਏ, ਉਹਨਾਂ ਨੇ ਆਪਣਾ ਇਸ ਮਾਮਲੇ 'ਚ ਪੱਖ ਰੱਖਤਾ। ਉਹਦਾ ਹੁਣ ਫੈਸਲਾ ਜਿਹੜਾ ਆਉਣ ਵਾਲੇ ਦਿਨਾਂ 'ਚ ਹੋਏਗਾ, ਉਹਦੀ ਵੇਟ ਕਰ ਲੈਣੀ ਚਾਹੀਦੀ ਆ। ਇਸੇ ਕਰਕੇ ਜ਼ਿਆਦਾ ਸਵਾਲ ਖੜੇ ਹੋ ਰਹੇ ਆ ਕਿ ਇੱਕ ਪਾਸੇ ਤਾਂ ਬਾਗੀ ਧੜਾ ਜਿਹੜਾ ਉਹ ਖਿਮਾ ਯਾਚਨਾ ਕਰਦਾ, ਸ਼ਿਕਾਇਤ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਹਾਲੇ ਅਕਾਲ ਤਖ਼ਤ ਸਾਹਿਬ ਨੇ ਆਪਣੀ ਕਾਰਵਾਈ ਕਰਨੀ ਹੈ, ਪਰ ਉਸ ਤੋਂ ਪਹਿਲਾਂ ਇਹ ਇੱਕ ਐਸੀ ਸਟੇਟਮੈਂਟ ਆਉਣੀ ਜਾਂ ਐਸੇ ਖੁਲਾਸੇ ਕਰਨਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾ ਸਕਦਾ? ਦੇਖੋ, ਜਿਹੜਾ ਖੁਲਾਸਾ ਸਰਕਾਰ ਕਰਵਾ ਰਹੀ ਹੈ, ਏਜੰਸੀਆਂ ਕਰਵਾ ਰਹੀਆਂ, ਪਰ ਮੈਂ ਜਿਹੜੀ ਗੱਲ, ਮੈਂ ਜਿਸ ਦਰਦ ਨੂੰ ਲੈ ਕੇ ਅੱਜ ਬੈਠਾ ਇੱਥੇ, ਉਹ ਇਹ ਬੈਠਾ ਕਿ ਜਿਹੜੀ ਬੇਅਦਬੀ ਦਾ ਇਸ ਧਰਤੀ 'ਤੇ, ਮੈਂ ਧਰਤੀ 'ਤੇ ਸਮਝੂੰਗਾ, ਇਸ ਤੋਂ ਪਹਿਲਾਂ ਇਹੋ ਜਿਹਾ ਕਾਂਡ ਨਹੀਂ ਵਾਪਰਿਆ, ਬੇਅਦਬੀ ਦਾ ਜਿਹੜਾ ਕਾਰਾ ਕੀਤਾ ਸੀ ਜਿਸ ਵਿਅਕਤੀ ਨੇ, ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੋਂ ਚੋਰੀ ਕਰਕੇ ਲੈ ਗਏ, ਫਿਰ ਬਾਅਦ 'ਚ ਪਵਿੱਤਰ ਪੰਨੇ ਜਿਹੜੇ ਆ ਉਹ ਗਲੀਆਂ ਵਿੱਚ ਖਿਲਾਰੇ, ਇਹ ਸਾਰਾ ਕੁਛ ਪੂਰਾ ਐਲਾਨ ਕਰਕੇ ਕੀਤਾ, ਜਿਸ ਗੱਲ ਦਾ ਸਿੱਖਾਂ ਦੇ ਮਨ 'ਚ ਵੱਡਾ ਰੋਸ ਹੋਇਆ ਕਿ ਅਕਾਲੀ ਸਰਕਾਰ ਜਿਹੜੀ ਸੀ ਉਸ ਸਮੇਂ ਅਸੀਂ ਨਾਕਾਮ ਰਹੇ ਸਾਰੇ ਕਾਸੇ ਨੂੰ। ਸਵਾਲ ਤਾਂ ਲੋਕਾਂ ਦਾ ਇਹੀ ਹੈ ਨਾ, ਇਹ ਗੱਲ ਤਾਂ ਕਲੀਅਰ ਹੋ ਗਈ ਕਿ ਬੇਅਦਬੀ ਵਿੱਚ ਸ਼ਾਮਿਲ ਨਹੀਂ ਸੀ, ਕਿੰਨੀਆਂ ਸਿੱਟਾਂ ਆਈਆਂ, ਕੀ ਕੁਛ ਹੋਇਆ, ਲੋਕਾਂ ਨੇ ਮੰਨ ਲਿਆ। ਅੱਜ ਮੈਂ ਹੈਰਾਨ ਹਾਂ ਇਸ ਗੱਲ 'ਤੇ, ਜਿਹੜਾ ਪ੍ਰਦੀਪ ਕਲੇਰ ਜੀ ਦੀ ਗੱਲ ਕਰ ਰਹੇ ਹਾਂ, ਉਹਦੀ ਖਬਰ ਆ ਮੇਰੇ ਕੋਲ, ਜਿਹਦੇ 'ਚ ਉਹ ਕਿਨਾ 2015 ਔਰ ਅਕਤੂਬਰ 12, 2015 ਜਿਹੜਾ ਕਿ ਬੁਰਜਵਾਰ ਸਿੰਘ ਵਾਲਾ ਅਤੇ ਬਗਰਾੜੀ ਵਾਲੇ ਜਿਹੜੇ ਇੰਸੀਡੈਂਟ ਆ ਉਹਨਾਂ ਵਿੱਚ ਉਹ ਸ਼ਾਮਿਲ ਪਾਇਆ ਗਿਆ, ਜਿਹੜੀ ਜਾਂਚ ਸੀ ਉਹਦੇ 'ਚ ਫੜਿਆ ਗਿਆ, ਉਹ ਇਹ ਮੰਨਦਾ ਵੀ ਆ। ਅਤੇ ਉਦੋਂ ਬਾਅਦ 3 ਹੋਰ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਉਹਦਾ ਜਿਹੜਾ ਪਰਚਾ ਜਿਹੜਾ ਚੱਲ ਰਿਹਾ, ਕੇਸ ਚੱਲ ਰਿਹਾ। ਅਤੇ ਵੈਸੇ ਤਾਂ ਚਲੋ ਜਿਹੜੀਆਂ ਸਰਕਾਰਾਂ ਨੇ, ਕਿਉਂਕਿ ਵੋਟ ਤੰਤਰ ਆ, ਬੀਜੇਪੀ ਨੇ ਬਿਲਕੁਲ ਹੀ ਇਸ ਗੱਲ ਲਈ ਸ਼ਰਮ ਲਈ ਆ ਕਿ ਉਹ ਤਾਂ ਸਿਰਫ ਇਸ ਬਾਬੇ ਦੀਆਂ ਫੌੜੀਆਂ 'ਤੇ ਆਪਣੀ ਹਰਿਆਣਾ ਜਿੱਤਣਾ ਚਾਹੁੰਦੀ ਆ, ਉਹਦੇ ਨਾਲ ਜਿਹੜਾ ਕੇਜਰੀਵਾਲ ਆ ਉਹ ਵੀ ਹਰਿਆਣੇ 'ਚ ਲੜਾਈ ਲੜ ਰਿਹਾ। ਸੋ ਇਹ ਬੜੇ ਇਸ ਮਾਮਲੇ ਵਿੱਚ ਪੂਰੇ ਤੁਲੇ ਹੋਏ ਨੇ ਅਤੇ ਉਹਦਾ ਸਨਮਾਨ ਕਰਦੇ ਨੇ। ਅਤੇ ਉਹ ਪਹਿਲਾਂ ਤਾਂ ਬੀਜੇਪੀ ਦੇ ਕੋਲ ਪਲਦਾ ਰਿਹਾ ਇਹ ਪ੍ਰਦੀਪ ਕਲੇਰ, ਅਯੁੱਧਿਆ ਵਿੱਚ ਜਿਹੜੀਆਂ ਤਸਵੀਰਾਂ ਜਾ ਰਹੀਆਂ ਹੋਈਆਂ, ਉਹ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਦੇ ਨੂੰ ਫੜਨਾ ਪੈ ਗਿਆ ਅਤੇ ਇਹਨੇ 2 ਮਹੀਨੇ ਬਾਅਦ ਉਹਨਾਂ ਦੀ ਰਿਹਾਈ ਕਰਵਾਤੀ, ਉਹਦੇ ਖਿਲਾਫ਼ ਕੋਈ ਦੋਸ਼ ਨਹੀਂ ਕੀਤਾ, ਕਹਿੰਦੇ ਜੀ ਵੀ ਇਹ ਵਾਅਦਾ ਮਾਫ਼ ਬਣ ਰਿਹਾ। ਹੁਣ ਮੈਨੂੰ ਇਹ ਦੱਸੋ ਕਿ ਇਹ ਦੋਨੇ ਪਾਰਟੀਆਂ ਤਾਂ ਵੋਟਾਂ ਦੇ ਕਰਕੇ ਕਰ ਰਹੇ ਨੇ, ਪਰ ਕੀ ਸਿੱਖਾਂ ਵਾਸਤੇ ਚੁਣੌਤੀ ਨਹੀਂ ਹੈ? ਪਰ ਜਿਹੜੀ ਮੈਂ ਅੱਜ ਗੱਲ ਲੈ ਕੇ ਬੈਠਾ ਉਹ ਮੇਰੇ ਲਈ ਬੜੀ ਹੀ ਸ਼ਰਮਨਾਕ ਹੈ। ਹੁਣ ਆਹ ਮੈਂ ਤਸਵੀਰਾਂ ਦੇਖੀਆਂ, ਜਦੋਂ ਅਖਬਾਰਾਂ ਵਿੱਚ ਤਸਵੀਰਾਂ ਆਈਆਂ ਜਿਹਦੇ ਵਿੱਚ ਕੋਟ ਕਰ ਰਹੇ ਨੇ ਸਾਡੇ ਬਹੁਤ ਸਤਿਕਾਰਯੋਗ ਵਡਾਲਾ ਸਾਹਿਬ, ਜਿਹੜੇ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਮੁਖੀ ਨੇ। ਮੈਂ ਜਾਤੀ ਤੌਰ 'ਤੇ ਦੱਸ ਦਿੰਦਾ ਕਿ ਮੈਂ ਵਡਾਲਾ ਸਾਹਿਬ ਦਾ ਸਤਿਕਾਰ ਕਰਦਾ, ਮੈਂ ਤਾਂ ਚਲੋ ਬਹੁਤ ਛੋਟਾ ਬੰਦਾ, ਇਹਨਾਂ ਦੇ ਅੰਦਰ ਅਸੀਂ ਸਮਝਦੇ ਹਾਂ ਵੀ ਕੌਮ ਪ੍ਰਸਤੀ ਹੈਗੀ ਹੈ, ਗੁਰੂ ਦਾ ਭੈ ਹੈਗਾ, ਪਰ ਹੁਣ ਇਹ ਜਿਹੜਾ ਕੁਛ ਕਰ ਰਹੇ ਨੇ ਇਹਦਾ ਕੀ ਅਰਥ ਹੈ? ਕੀ ਹੁਣ ਸਭ ਤੋਂ ਵੱਡੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਇਹ ਸਨਮਾਨ ਦੇ ਰਹੇ ਨੇ? ਇਹ ਕਹਿੰਦੇ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਰਾਹ ਦੱਸਤਾ, ਤੁਸੀਂ ਤਾਂ ਸਾਨੂੰ ਉਹ ਜਾਣਕਾਰੀ ਦੱਸੀ ਜਿਹੜੀ ਸਾਡੇ ਕੋਲ ਹੈ ਨਹੀਂ ਸੀ। ਇਹਦਾ ਮਤਲਬ ਵੀ ਹੁਣ ਤੁਸੀਂ, ਤੁਹਾਡੀ ਮਾਨਸਿਕਤਾ ਇਸ ਲੈਵਲ 'ਤੇ ਗਿਰ ਗਈ ਕਿ ਤੁਸੀਂ, ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਨੂੰ ਮਾੜਾ ਚੰਗਾ ਕਹਿ ਰਹੇ ਹੋ, ਸਵਾਲ ਪੁੱਛ ਰਹੇ ਹੋ, ਕਰੋ, ਉਹ ਤਾਂ ਅਕਾਲ ਤਖ਼ਤ ਸਾਹਿਬ ਦੇ
ਖੇਤਰ ਦੇ ਵਿੱਚ ਆ, ਉਹਨਾਂ ਨੇ ਕੀ ਫੈਸਲਾ ਕਰਨਾ ਆਉਣ ਵਾਲੇ ਦਿਨ ਨੇ। ਪਰ ਘੱਟ ਤੋਂ ਘੱਟ ਇਹ ਗੱਲ ਤਾਂ ਨਾ ਕਰੋ ਕਿ ਉਹਦਾ ਤਾਂ ਤੁਸੀਂ ਵਿਸ਼ਵਾਸ ਕਰ ਰਹੇ ਹੋ ਅਤੇ ਉਹਨੂੰ ਤੁਸੀਂ ਕੋਟ ਕਰ ਰਹੇ ਹੋ। ਪ੍ਰਦੀਪ ਕਲੇਰ ਜਿਹੜਾ ਬੇਅਦਬੀ ਕਰਨ ਵਾਲਾ ਬੰਦਾ, ਐਸੀ ਮਾੜੀ ਅਤੇ ਗੰਦੀ ਜਿਹਨੀਅਤ ਦਾ ਬੰਦਾ, ਉਸ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਸੀਂ, ਤੁਹਾਡਾ ਧੰਨਵਾਦ ਆ। ਅਤੇ ਇਹ ਵੀ ਇੱਕ ਸਵਾਲ ਖੜਾ ਹੋ ਰਿਹਾ ਕਿ ਜਿਹੜੀ ਮੁਆਫ਼ੀ ਹੈ ਉਹਦੇ ਬਾਰੇ ਚਰਚਾ ਕੀਤੀ ਜਾ ਰਹੀ, ਪਰ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬੇਅਦਬੀ ਦੇ ਵਿੱਚ ਉਹ ਦੋਸ਼ੀ ਹੈ, ਉਹਦੀ ਚਰਚਾ ਕਿਤੇ ਨਾ ਕਿਤੇ ਘੱਟ ਹੋ ਰਹੀ ਹੈ, ਇਹਦੇ ਪਿੱਛੇ ਕੀ ਲੱਗਦਾ? ਤਾਂ ਕਹਿੰਦਾ ਜੀ, ਜਿਹੜਾ ਬੰਦਾ ਦੋਸ਼ੀ ਆ, ਕੀ ਤੁਸੀਂ ਸਿੱਖ ਨਹੀਂ ਹੈਗੇ? ਕੀ ਤੁਹਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਆਸਥਾ ਨਹੀਂ ਹੈਗੀ? ਤੁਸੀਂ ਆਪਣੇ ਆਪ 'ਚ ਕਹਿੰਦੇ ਹੋ ਵੀ ਇਹ ਬਹੁਤ ਮਾੜੀ ਗੱਲ ਹੋਈ ਵੀ ਉਦੋਂ ਸਰਕਾਰ ਸੀ, ਸਜਾ ਨਹੀਂ ਦੇ ਸਕੇ। ਤੁਸੀਂ ਤਾਂ ਉਸ ਤੋਂ ਵੀ ਵੱਡਾ ਗੁਨਾਹ ਕਰ ਰਹੇ ਹੋ ਵਡਾਲਾ ਸਾਹਿਬ, ਤੁਸੀਂ ਉਹ ਤੋਂ ਵੱਡਾ ਗੁਨਾਹ ਕਰ ਰਹੇ ਹੋ, ਬਜਾਏ ਕਿ ਤੁਹਾਨੂੰ ਸਰਕਾਰਾਂ ਨੂੰ ਇਹ ਰੌਲਾ ਪਾਉਣ ਦੇ ਕਿ ਇਹ ਬੰਦਾ ਸਭ ਤੋਂ ਵੱਡਾ ਦੋਸ਼ੀ ਹੈ, ਬਾਹਰ ਕਿਵੇਂ ਤੁਰਿਆ ਫਿਰਦਾ ਹੈ? ਸਿੱਖਾਂ ਨੇ ਆਪਣੇ ਤੌਰ 'ਤੇ, ਸਿੱਖਾਂ ਦੀ ਰਵਾਇਤ ਰਹੀ ਆ ਕਿ ਆਪਣੇ ਤੌਰ 'ਤੇ ਉਹਨਾਂ ਨੇ ਇਸ ਨੂੰ ਜਵਾਬ ਦੇਣਾ, ਪਰ ਤੁਹਾਡਾ ਕੀ, ਤੁਸੀਂ ਕੀ ਰੋਲ ਅਦਾ ਕੀਤਾ? ਇਹੀ ਕਾਰਨ ਹੈ ਕਿ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਨਹੀਂ। ਇਹ ਕਾਰਨ ਹੈਗਾ ਜਾਂ ਨਹੀਂ ਹੈਗਾ, ਮੈਨੂੰ ਪਾਰਟੀ, ਮੈਂ ਅਕਾਲੀ ਦਲ ਦੇ ਮੁੱਦੇ ਨੂੰ ਲੈ ਕੇ ਨਹੀਂ ਬੈਠਾ ਇੱਥੇ, ਮੈਂ ਇੱਕ ਸਿੱਖੀ ਭਾਵਨਾਵਾਂ ਨੂੰ ਲੈ ਕੇ ਅੱਜ ਇੱਥੇ ਬੈਠਾ। ਸੋ ਇਹ ਕਿੱਡੀ ਕਿੱਡੀ ਸ਼ਰਮਨਾਕ ਗੱਲ ਆ ਕਿ ਬਜਾਏ ਕਿ ਇਸ ਗੱਲ ਦੇ ਕਿ ਸਰਕਾਰ ਨੂੰ ਇਸ ਗੱਲ ਲਈ ਭਜਾਓ, ਸਰਕਾਰ ਨੂੰ ਇਹਦੇ 'ਤੇ ਪ੍ਰੈਸ਼ਰਾਈਜ਼ ਕਰੋ ਕਿ ਇਹ ਬੰਦੇ ਨੂੰ ਫੜੋ, ਇਹ ਸ਼ਰੇਆਮ ਖੁੱਲ੍ਹਾ ਫਿਰਦਾ ਅਤੇ ਸਾਨੂੰ ਭੰਗੜਾ ਪਾ ਕੇ ਦਿਖਾ ਰਿਹਾ। ਤੁਸੀਂ ਸਿੱਖੀ ਜਾਂ ਪੰਥ ਦੇ ਮੁੱਦਿਆਂ ਦੀ ਗੱਲ ਕਰ ਰਹੇ ਹੋ, ਪਰ ਜੇਕਰ ਮੈਂ ਜਿਹੜੇ ਬਾਗੀ ਹਾਂ ਜਿਨ੍ਹਾਂ ਦਾ ਗੱਲ ਕੀਤੀ ਜਾ ਰਹੀ ਹੈ, ਉਹ ਵੀ ਪੰਥਕ ਮੁੱਦਿਆਂ ਨੂੰ ਲੈ ਕੇ ਹੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੀ, ਕਿ ਉਹਨਾਂ ਦਾ ਐਸਾ ਕਿਹੜਾ ਪਾਰਟੀ ਦੇ ਵਿਰੋਧ ਜਾਂ ਪੰਥ ਦੇ ਵਿਰੁੱਧ ਕੋਈ ਐਸੀ ਕਾਰਗੁਜ਼ਾਰੀ ਸੀ ਜਿਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕਰਨ ਦਾ ਫੈਸਲਾ? ਅਕਾਲੀ ਦਲ ਦਾ ਨਿੱਜੀ ਮਸਲਾ ਵਾ, ਮੈਂ ਅੱਜ ਇੱਥੇ ਅਕਾਲੀ ਦਲ ਦੇ ਮਸਲੇ ਨੂੰ ਡਿਫੈਂਡ ਕਰਨ ਲਈ ਨਹੀਂ ਬੈਠਾ, ਮੈਂ ਸਿੱਖ ਹੋਣ ਦੇ ਨਾਤੇ ਬੈਠਾ, ਮੈਂ ਉਹਦੀ ਕਦਰ ਕਰਦਾ ਹਰ ਬੰਦੇ ਦੀ ਜਿਹੜਾ ਸਿੱਖੀ ਦੀ ਗੱਲ ਕਰਦਾ, ਕਿਸੇ ਪਾਰਟੀ 'ਚ ਵੀ ਕਿਉਂ ਨਹੀਂ ਬੈਠਾ? ਅਤੇ ਅੱਜ ਇੰਨੇ ਵੀ ਤਾਂ ਨਹੀਂ ਗਿਰ ਗਏ ਸੀ ਕਿ ਅਸੀਂ ਉਹਨੂੰ ਕਹੀਏ ਵੀ ਹਾਂ ਵੀ ਬਸ ਤੁਹਾਡਾ ਧੰਨਵਾਦ ਪ੍ਰਦੀਪ ਕਲੇਰ ਜੀ, ਮੈਂ ਤਾਂ ਇਸ ਵਾਰ ਗੱਲ ਕਰਦਾ ਕਿ ਉਹਨੂੰ ਤੁਸੀਂ ਪ੍ਰਧਾਨ ਬਣਾ ਲਓ। ਤੁਸੀਂ ਕਹਿ ਰਹੇ ਹੋ ਕਿ ਉਹ ਸਾਡੀ ਨਈਆ ਪਾਰ ਕਰ ਰਿਹਾ, ਸਾਨੂੰ ਉਹਨੇ ਚਾਨਣ ਕਰਾਤਾ, ਇਹਦਾ ਮਤਲਬ ਉਹਦੇ ਚਾਨਣ ਨੂੰ ਹੁਣ ਤੁਸੀਂ ਕੈਸ਼ ਕਰੋ, ਤੁਸੀਂ ਉਹਨੂੰ ਪ੍ਰਧਾਨ ਬਣਾਓ, ਤਾਂ ਕਿ ਤੁਹਾਡਾ ਅਕਾਲੀ ਦਲ ਇਸ ਗੱਲ ਲਈ ਸਫਲ ਹੋ ਕੇ ਸੰਗਤ ਵਿੱਚ ਜਾਵੇ ਅਤੇ ਤੁਸੀਂ ਕੌਮ ਦਾ ਭਲਾ ਕਰ ਸਕੋ। ਅੱਜ ਇਸ ਗੱਲ ਨੂੰ ਅਸੀਂ ਡਿਨਾਈ ਕਰਨ ਲਈ ਬੈਠੇ ਹਾਂ। ਬਿਆਨ ਵੀ ਤੁਹਾਡੇ ਹੱਥ ਦੇ ਵਿੱਚ ਹੈ, ਉਹਦੇ 'ਚ ਉਹ ਉਸੇ ਬਿਆਨ ਨੂੰ ਆਧਾਰ ਬਣਾ ਕੇ ਸੁਖਬੀਰ ਬਾਦਲ ਦੇ ਕੋਲੋਂ ਜਵਾਬ ਮੰਗ। ਕਾਰਨ ਮੈਂ ਕਹਿੰਦਾ ਸਵਾਲ ਕਰਨਾ ਗੁਨਾਹ ਨਹੀਂ ਹੈ, ਸਵਾਲ ਕਰਨ ਅੱਗੇ ਕੀਤਾ ਇਹਨਾਂ ਨੇ, ਅਕਾਲ ਤਖ਼ਤ ਆਏ ਅਸੀਂ ਨਾ ਕੀਤੀ, ਪਰ ਜਦੋਂ ਕਿ ਫਿਰ ਵੀ ਮੈਂ ਕਹਿੰਦਾ ਕਿ ਇਹ ਅਕਾਲ ਤਖ਼ਤ ਸਾਹਿਬ ਨੂੰ ਅੱਜ ਵੀ ਨਹੀਂ ਮੰਨਦੇ, ਅਕਾਲ ਤਖ਼ਤ ਸਾਹਿਬ 'ਤੇ ਅੱਜ ਵੀ ਵਿਸ਼ਵਾਸ ਨਹੀਂ ਕਰਦੇ, ਰੋਜ਼ ਕੋਈ ਨਾ ਕੋਈ ਬਿਆਨ ਦਿੰਦੇ, ਜਥੇਦਾਰ ਸਾਹਿਬ ਤੁਸੀਂ ਆ ਚੰਗਾ ਕਰਿਓ, ਇਹਦਾ ਮਤਲਬ ਜਥੇਦਾਰ ਨੂੰ ਡਿਕਟੇਟ ਹੁਣ ਤੁਸੀਂ ਕਰੋਗੇ? ਅਤੇ ਫਿਰ ਡਿਕਟੇਟ ਕਰਨ ਦੀ ਲੋੜ ਹੀ ਨਹੀਂ, ਤੁਸੀਂ ਬੈਠਦੇ 5-10 ਬੰਦੇ ਬੈਠਦੇ ਵੀ ਅਸੀਂ ਤਾਂ ਜੀ ਜਥੇਦਾਰ ਹਾਂ, ਅਸੀਂ ਆਹ ਫੈਸਲਾ ਕਰਤਾ, ਆਹ ਸਜ਼ਾ ਲਾ ਦਿਓ ਅਤੇ ਗੱਲ ਖਤਮ ਹੋ ਜਾਂਦੀ। ਆਮ ਸਿੱਖ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਹੈ ਕਿ ਜੇਕਰ ਜੋ ਵੀ ਗਲਤੀਆਂ ਹੋਈਆਂ, ਭਾਵੇਂ ਇਹ ਸ਼ਿਕਾਇਤ ਕਰ ਰਿਹਾ, ਪਰ ਉਸ ਵੇਲੇ ਇਹ ਵੀ ਬਰਾਬਰ ਦੇ ਹਿੱਸੇਦਾਰ ਸੀ, ਤਾਂ ਕੀ ਇਹਨਾਂ ਦੇ ਖਿਲਾਫ਼ ਵੀ ਕੋਈ ਪੰਥਕ ਕਾਰਵਾਈ ਬਣਦੀ? ਮੈਂ ਤਾਂ ਕਹਿੰਦਾ ਜੀ, ਉਹ ਤਾਂ ਅਕਾਲ ਤਖ਼ਤ ਸਾਹਿਬ ਨੇ ਕਰਨੀ ਆ, ਇਹ ਤਾਂ ਆਪ ਮੰਨ ਚੁੱਕੇ ਆ ਵੀ ਅਸੀਂ ਉਸ ਸਮੇਂ ਜਿਹੜਾ ਇਹ ਕੂੜ ਕਮਾਮ ਹੋਇਆ ਅਸੀਂ ਉਹਦੇ ਵਿੱਚ ਸ਼ਾਮਿਲ ਸੀ, ਸਾਡੀ ਜ਼ਮੀਰ ਨਹੀਂ ਜਾਗੀ, ਹੁਣ ਆਖਰ 'ਤੇ ਜਦੋਂ ਸਾਰਾ ਕੁਛ 24 ਸਾਰਾ ਗੱਲ ਨਿਬੜ ਗਈ ਉਦੋਂ ਜਾਗੀ ਆ, ਇਹ ਤਾਂ ਆਪ ਹੀ ਦੱਸ ਰਿਹਾ। ਪਰ ਮੈਂ ਤਾਂ ਇਹ ਗੱਲ ਕਰਦਾ ਕਿ ਘੱਟੋ ਘੱਟ ਇੰਨੇ ਤਾਂ ਨਾ ਗਿਰੋ ਕਿ ਦਸਤਾਰ ਗਿਰ ਜਾਏ। ਪ੍ਰਦੀਪ ਕਲੇਰ ਅੱਜ ਤੁਹਾਡਾ ਆਗੂ ਬਣ ਗਿਆ, ਪ੍ਰਦੀਪ ਕਲੇਰ ਤੁਹਾਡਾ ਅੱਜ ਕਹਿੰਦੇ ਹੁੰਦੇ ਰਾਜ ਸਿਰਾ ਬਣ ਗਿਆ, ਇੰਨੀ ਤਾਂ ਘੱਟੋ ਘੱਟ ਸ਼ਰਮ ਕਰੋ ਕਿ ਜਿਸ ਬੰਦੇ ਨੇ ਬੇਅਦਬੀ ਦਾ ਆਰੰਭ ਕੀਤਾ ਉਸ ਬੰਦੇ ਨੂੰ ਤੁਸੀਂ ਕੋਟ ਕਰਕੇ ਭੰਗੜੇ ਪਾ ਰਹੇ ਹੋ ਅਤੇ ਆਪਣੇ ਸੁਖਬੀਰ ਬਾਦਲ ਦੇ ਖਿਲਾਫ਼ ਇੱਕ ਕਿਨਾ ਆਵਾਜ਼ ਉਠਾ ਰਹੇ ਹੋ, ਸਵਾਲ ਪੁੱਛ ਰਹੇ ਹੋ, ਸਵਾਲ ਤੁਸੀਂ ਪੁੱਛ ਚੁੱਕੇ ਹੋ। ਇਹਦਾ ਮਤਲਬ ਹੁਣ ਇੱਕ ਕੰਮ ਕਰਨ, ਵਡਾਲਾ ਸਾਹਿਬ ਨੂੰ ਬੇਨਤੀ ਕਰਾਂਗਾ ਉਹਦੇ ਸਾਥੀਆਂ ਨੂੰ ਕਿ ਹੁਣ ਜਿਹੜੀ ਗੱਲ ਪ੍ਰਦੀਪ ਕਲੇਰ ਨੇ ਦਿੱਤੀ ਆ ਉਸ ਗੱਲ ਦੀ ਇੱਕ ਦੂਜੀ ਚਿੱਠੀ ਜਾਰੀ ਕਰਨ ਕਿ ਪ੍ਰਦੀਪ ਕਲੇਰ ਜੀ ਦੇ ਬਚਨਾਂ 'ਤੇ ਆਹ ਜੋ ਸਾਨੂੰ ਚਾਨਣ ਹੋਇਆ ਉਸ ਨੂੰ ਲੈ ਕੇ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਹੋਰ ਅਗਾਹ ਕਰਾਉਣਾ ਚਾਹੁੰਦੇ, ਕਰਨ ਇਹ ਗੱਲ।
ਜਿਹੜੀ ਤੁਸੀਂ ਗੱਲ ਕਹਿ ਰਹੇ ਕਿ ਉਹਨੂੰ ਆਪਣਾ ਪ੍ਰਧਾਨ ਹੀ ਬਣਾ ਲੈਣ, ਉਹਦੇ ਪਿੱਛੇ ਕੀ ਤਰਕ? ਨਹੀਂ ਮੈਂ ਤਾਂ ਕਹਿੰਦਾ ਜੇ ਤੁਸੀਂ ਕਹਿੰਦੇ ਹੋ ਕਿ ਉਹਨੇ ਤਾਂ ਸਾਡਾ ਜੀ ਚਾਨਣ ਕਰਾਤਾ, ਸਾਡਾ ਤਾਂ ਭਲਾ ਕਰਤਾ ਉਹਨਾਂ ਨੇ, ਸਾਨੂੰ ਤਾਂ ਉਹ ਗੱਲਾਂ ਦੱਸਦੀਆਂ ਨੇ, ਪਤਾ ਹੀ ਨਹੀਂ ਸੀ ਕਿਸੇ ਨੂੰ, ਤੇ ਫਿਰ ਉਹ ਤਾਂ ਹੁਣ ਤੁਹਾਡਾ ਆਗੂ ਹੀ ਹੋਇਆ ਨਾ, ਤੁਹਾਡੀ ਬੇੜੀ ਪਤਲਾ ਉਹੀ ਲਗਾਏਗਾ। ਤੁਸੀਂ ਸਿਆਸੀ ਵਿਰੋਧ ਜਿਹਨੂੰ ਮਾਰਨਾ ਚਾਹੁੰਦੇ ਹੋ ਉਹਦੀ ਆਸਰਾ ਲੈ ਕੇ ਤੁਸੀਂ ਇਹ ਲੜਾਈ ਲੜ ਰਹੇ ਹੋ, ਤਾਂ ਤੁਸੀਂ ਆਗੂ ਬਣਾ ਲਓ, ਪ੍ਰਧਾਨ ਬਣਾਓ, ਅੱਜ ਲੋ ਹੈ ਨਹੀਂ ਪ੍ਰਧਾਨ ਤੁਹਾਡੇ ਕੋਲ, ਪ੍ਰਧਾਨ ਬਣਾਓ। ਕਿਤੇ ਨਾ ਕਿਤੇ ਇਹਨਾਂ ਸਾਰਿਆਂ ਦੇ ਨਿਸ਼ਾਨੇ ਤੇ ਅਕਾਲੀ ਦਲ ਔਰ SGPC ਹੈ, ਕੀ ਤੁਹਾਨੂੰ ਕੀ ਲੱਗਦਾ ਕਿ ਇਹ SGPC ਤੇ ਕਿਸੇ ਢੰਗ ਦੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ, ਜਾਂ SGPC ਨੂੰ ਕੋਈ ਬਦਨਾਮ ਕਰਨ ਦੇ ਲਈ ਕੋਈ ਸਾਜਿਸ਼ ਰਚੀ ਜਾ ਰਹੀ? ਗੁਰੂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਕਿਸੇ ਦਾ ਕਿਸੇ ਨੂੰ ਪਤਾ ਨਹੀਂ ਹੈਗਾ, ਪਰ ਘੱਟੋ ਘੱਟ ਸਿੱਖੀ ਮਰਿਆਦਾ ਤੇ ਸਿੱਖੀ ਅਣਖ ਨੂੰ ਤਾਂ ਜਿਉਂਦਾ ਰੱਖ ਸਕਦੇ ਹਾਂ ਅਸੀਂ। ਉਹ ਇਸ ਕਰਕੇ ਇਸ ਗੱਲ ਨੂੰ ਮਾੜਾ ਮੋਟਾ ਸ਼ਰਮਿੰਦਾ ਜ਼ਰੂਰ ਹੋਣ ਕਿ ਜੋ ਇਹ ਕੰਮ ਕਰ ਰਹੇ ਨੇ, ਕੀ ਤੁਸੀਂ ਸਿਆਸਤ ਦੇ ਵਿੱਚ ਇੰਨੇ ਕੁ ਗਿਰ ਗਏ ਕਿ ਤੁਸੀਂ ਆਪਣੀ ਕੌਮੀ ਅਣਖ ਜਾਂ ਗੁਰੂ ਪ੍ਰਤੀ ਸਤਿਕਾਰ ਨੂੰ ਭੁੱਲ ਗਏ ਹੋ? ਤੋ ਇਸ ਗੱਲ ਨੂੰ ਲੈ ਕੇ ਅੱਜ ਅਸੀਂ ਬੈਠੇ ਹੋਏ ਹਾਂ। ਮੈਨੂੰ ਲੱਗਦਾ ਕਿ ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਹੋਊਗਾ, ਪਰ ਉਹ ਘੱਟੋ ਘੱਟ ਆਪਦੇ ਅੰਦਰ ਝੱਤ ਜ਼ਰੂਰ ਮਾਰਨ ਕਿ ਜਿਹੜਾ ਕੁਛ ਤੁਸੀਂ ਕੀਤਾ ਇਹ ਤੁਸੀਂ ਕਿੰਨਾ ਕੁ ਸਿੱਖੀ ਦੇ ਮਤਲਬ ਹੱਕ 'ਚ ਕਰ ਰਹੇ ਹੋ ਅਤੇ ਬਣਦਾ ਫਿਰ ਜ਼ਿਆਦਾ। ਗਰੇਵਾਲ ਸਾਹਿਬ, ਜਿਹੜੀਆਂ SGPC ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੀ ਉਹ ਕਿਤੇ ਨਾ ਕਿਤੇ ਵੇਖਿਆ ਜਾ ਰਿਹਾ ਕਿ ਬਹੁਤ ਧੀਮੀ ਗਤੀ ਦੇ ਨਾਲ ਚੱਲ ਰਹੀਆਂ, ਹਲੇ 50% ਵੀ ਕੰਮ ਪੂਰਾ ਨਹੀਂ ਹੋਇਆ, ਉਹਦੇ ਪਿੱਛੇ ਕੀ ਵਜ੍ਹਾ ਲੱਗਦੀ ਔਰ ਅੱਗੇ ਕੋਈ ਲੱਗਦਾ ਕਿ ਇਹਦੇ ਵਿੱਚ ਤਰੀਕ 'ਚ ਹੋਰ ਵਾਧਾ ਕੀਤਾ ਜਾ? ਅਸੀਂ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਹਾਂ ਕਿ ਜਾਣ ਬੁੱਝ ਕੇ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਸਿੱਖਾਂ ਦੀਆਂ ਇਹਨਾਂ ਸੰਸਥਾਵਾਂ ਨੂੰ ਤੋੜਨਾ ਚਾਹੁੰਦੀ ਆ, ਖਤਮ ਕਰਨਾ ਚਾਹੁੰਦੀ ਆ। ਅੱਗੇ ਜੋ ਕੁਛ ਕੀਤਾ, ਹਰਿਆਣਾ ਵੱਖਰਾ ਬਣਾਇਆ, ਦਿੱਲੀ ਕਬਜ਼ੇ 'ਚ ਲੈ ਲਈ, ਤੁਸੀਂ ਦੇਖੋ ਇਹ ਉਸ ਗੱਲ ਦਾ ਸੰਕੇਤ ਹੈ ਕਿ ਇੱਕ ਜਿਹੜੀ ਹਜ਼ੂਰ ਸਾਹਿਬ ਬੋਰਡ ਸੀ ਉਹ 'ਚ 15 ਬੰਦੇ ਜੇ ਚੁਣ ਕੇ ਵੀ ਆਉਂਦੇ ਸੀ, 4 ਉਹਦੇ 'ਚ ਸਿੱਖ MP ਹੁੰਦੇ ਸੀ, ਸਾਬਕਾ MP ਸੀ ਜਾਂ MP ਹੁੰਦੇ ਸੀ, 3 ਬੰਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੁੰਦੇ ਸੀ, ਇੰਨੀ ਵੱਡੀ ਗਿਣਤੀ 'ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੀ। ਅਤੇ ਹੁਣ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਫੈਸਲਾ ਕਰਾਤਾ ਕਿ ਉੱਥੇ 13 ਬੰਦੇ ਨਾਮਜ਼ਦ ਹੋਣਗੇ, 13 ਬੰਦੇ ਉਹ ਹੋਣਗੇ ਜਿਹੜੇ ਬੰਦੇ ਮਤਲਬ ਸਰਕਾਰ ਜਿਹਨਾਂ ਨੂੰ, ਜਿਵੇਂ ਹਰਿਆਣੇ 'ਚ ਬੈਠੇ ਸਾਰੇ ਉਹ, ਇਹ ਇਸੇ ਕਰਕੇ ਅਸੀਂ ਚਾਹੁੰਦੇ ਹਾਂ। ਸ਼੍ਰੋਮਣੀ ਕਮੇਟੀ ਦੀ ਪ੍ਰਮਾਣਿਕਤਾ ਨੂੰ ਖਤਰਾ ਪੈਦਾ ਕੀਤਾ ਜਾ ਰਿਹਾ, ਜਾਣਬੁੱਝ ਕੇ ਕੀਤਾ ਜਾ ਰਿਹਾ। ਹੁਣ ਜੇ ਸਰਕਾਰ ਚੋਣਾਂ ਕਰਾਉਂਦੀ ਆ, ਸਰਕਾਰ ਸਾਨੂੰ ਸਰਟੀਫਿਕੇਟ ਦਿੰਦੀ ਆ, ਸਰਕਾਰ ਦਾ ਤੰਤਰ ਵੋਟਾਂ ਬਣਾਉਂਦਾ, ਤਾਂ ਫਿਰ ਕਿਉਂ ਨਹੀਂ ਜਿਹੜੀ MP MLA ਦੀ ਇਲੈਕਸ਼ਨ ਵੋਟ ਬਣਦੀ ਆ ਉਹਦੇ ਮੁਤਾਬਕ ਕਿਉਂ ਨਹੀਂ ਵੋਟ ਬਣਦੀ? ਕਿਉਂ ਨਹੀਂ ਜਿਹੜਾ ਸਾਡਾ ਬੂਥ ਦਾ ਇੰਚਾਰਜ ਆ ਉਹ ਘਰ ਜਾ ਕੇ ਵੋਟ ਬਣਾਉਂਦਾ? ਕਦੋਂ MP MLA ਦੀਆਂ ਚੋਣਾਂ ਵਿੱਚ ਕਦੋਂ ਫੋਟੋ ਮੰਗੀ ਜਾਂਦੀ, ਕਦੋਂ ਆਧਾਰ ਕਾਰਡ ਮੰਗਿਆ ਜਾਂਦਾ? ਕੀ ਉਹ ਵੋਟਾਂ ਹੋਰ ਨੇ ਅਤੇ ਇਹ ਵੋਟਾਂ ਹੋਰ ਨੇ? ਜਾਣ ਬੁੱਝ ਕੇ ਡਿਲੇ ਕੀਤਾ ਜਾ ਰਿਹਾ? ਬਿਲਕੁਲ ਜਾਣ ਬੁੱਝ ਕੇ ਕੀਤਾ ਜਾ ਰਿਹਾ। ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਇਹ ਜਿੰਨੀ ਦੇਰ ਤੱਕ ਤੁਸੀਂ ਘਰ ਨਹੀਂ ਜਾਓਗੇ ਜਿਹੜਾ ਵੋਟ ਦਾ ਅਧਿਕਾਰੀ ਆ ਉਹਦੀ ਵੋਟ ਬਣਾਓ। ਅੱਜ ਵੀ ਮੈਂ ਕਹਿੰਦਾ ਕਿ ਜੇ ਸਰਕਾਰ ਇਹ ਵੋਟਾਂ ਬਣਾਵੇ ਤਾਂ ਪਿਛਲੀ ਵਾਰੀ 52 ਲੱਖ ਸੀ ਤਾਂ 5-4 ਲੱਖ ਘੱਟ ਜੂਗੀ, ਕਿਉਂਕਿ ਜਿਹੜੇ ਸਾਡੇ ਵੀਰ ਨੇ ਜਾਂ ਕੋਈ ਭੈਣਾਂ ਨੇ ਜਿਨ੍ਹਾਂ ਨੇ ਸਿੱਖੀ ਸਰੂਪ ਨੂੰ ਧਾਰਨ ਨਹੀਂ ਕੀਤਾ ਉਹਨਾਂ ਦੀ ਮੰਨ ਲਿਆ ਇੰਨੀ ਕੁ ਵੋਟ ਹੋਏਗੀ, ਪਰ ਇਹ ਵੋਟ ਉੰਨੀ ਨਹੀਂ ਹੈਗੀ ਜਿਹੜੀ ਐਕਚੁਅਲ ਵੋਟ ਹੈਗੀ ਹੈ। ਅੱਜ ਆਖਰੀ ਤਰੀਕ ਸੀ, ਹੁਣ ਲੱਗਦਾ ਕਿ ਅੱਗੇ ਤਰੀਕ ਦੇ ਵਿੱਚ ਵਾਧਾ ਕੀਤਾ? ਕਹਿ ਨਹੀਂ ਸਕਦਾ, ਇਹ ਤਾਂ ਚੇਅਰਮੈਨ ਇਹਦਾ ਜਿਹੜਾ ਸਾਡਾ ਜਿਹੜਾ ਉਹ ਚੇਅਰਮੈਨ ਇਲੈਕਸ਼ਨ ਕਮਿਸ਼ਨ ਦਾ ਉਹੀ ਦੱਸੇਗਾ, ਉਹੀ ਦੱਸ ਸਕਦੇ। ਆਖਰੀ ਸਵਾਲ, ਪਿੱਛੇ 2-3 ਦਿਨਾਂ ਦੇ ਵਿੱਚ ਇੱਕ ਚਰਚਾ ਛਿੜੀ ਸੀ ਨਿਸ਼ਾਨ ਸਾਹਿਬ ਨੂੰ ਲੈ ਕੇ, ਕੱਲ ਦਮਦਮੀ ਟਕਸਾਲ ਅਜਨਾਲਾ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਵੀ ਇੱਕ ਸਵਾਲ ਖੜਾ ਕਰਤਾ ਕਿ ਕੇਸਰੀ ਰੰਗ ਹੀ ਅਸਲੀ ਪੰਥ ਦਾ ਰੰਗ ਹੈ, ਇਹ 1932 ਦੇ ਵਿੱਚ ਖਰੜਾ ਜ਼ਰੂਰ ਤਿਆਰ ਹੋਇਆ ਸੀ ਪਰ ਇਹਦੇ ਅੱਗੇ ਕੋਈ ਜਿਹੜਾ ਮੋਹਰ ਨਹੀਂ ਉਹਦੇ 'ਤੇ ਲੱਗੀ। ਦੇਖੋ ਮਸਲਾ ਇਹ ਹੈ ਕਿ ਇਹ ਸਵਾਲ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਰ ਰਹੇ ਹੋ, ਸ਼੍ਰੋਮਣੀ ਕਮੇਟੀ ਇੱਕ ਪ੍ਰਬੰਧਕੀ ਸਿਸਟਮ ਹੈ, ਜੋ ਧਾਰਮਿਕ ਫੈਸਲੇ ਅਕਾਲ ਤਖਤ ਸਾਹਿਬ 'ਤੇ ਹੁੰਦੇ ਆ, ਜੋ ਫੈਸਲੇ ਕਰਕੇ ਸਾਨੂੰ ਚਿੱਠੀ ਪਾਉਂਦੇ ਆ, ਅਸੀਂ ਉਸ ਦੀ ਕਹਿੰਦੇ ਲਾਗੂ ਕਰਨ ਵਾਸਤੇ ਅਸੀਂ ਪ੍ਰਬੰਧਕ ਹਾਂ। ਸੋ ਇਸ ਕਰਕੇ ਜੋ ਅਕਾਲ ਤਖਤ ਸਾਹਿਬ ਨੇ ਸਾਨੂੰ ਲਿਖ ਕੇ ਭੇਜਤਾ ਉਹ ਅਸੀਂ ਅੱਗੇ ਕਰਤਾ। ਅਸੀਂ ਸ਼੍ਰੋਮਣੀ ਕਮੇਟੀ ਇਸ ਗੱਲ ਲਈ ਬਿਲਕੁਲ ਔਕਾਤ ਨਹੀਂ ਰੱਖਦੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਨੂੰ ਅਸੀਂ ਠੁਕਰਾ ਦਈਏ ਜਾਂ ਉਹਦੇ 'ਤੇ ਅਸੀਂ ਕੋਈ ਆਪਣਾ ਨਵਾਂ ਵਿਚਾਰ ਕਰੀਏ। ਇਹ ਫੈਸਲਾ ਸਿੰਘ ਸਾਹਿਬ ਹੀ ਕਰਨਗੇ,
ਉਹ ਪਹਿਲਾਂ ਵੀ ਉਹਨਾਂ ਨੇ ਕੀਤਾ, ਜੇ ਕੱਲ੍ਹ ਨੂੰ ਕੋਈ ਗੱਲ ਆਇਆ ਤਾਂ ਉਹਦੇ ਵਾਸਤੇ ਸਿੰਘ ਸਾਹਿਬ ਨਾਲ ਮੀਟਿੰਗ ਕਰਨ, ਉਹਦੇ ਬਾਰੇ ਆਪਣੀ ਜਸਟੀਫਿਕੇਸ਼ਨ ਦੇਣ। ਉੱਥੇ ਕੀ ਫੈਸਲਾ ਹੁੰਦਾ? ਸ਼੍ਰੋਮਣੀ ਕਮੇਟੀ ਪ੍ਰਬੰਧ ਹੈ, ਉਸ ਪ੍ਰਬੰਧ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ, ਜਿਹੜੀਆਂ ਧਾਰਮਿਕ ਮਰਿਆਦਾਵਾਂ ਨੂੰ ਲਾਗੂ ਕਰਨਾ ਹੁੰਦਾ, ਅੱਜ ਕਰ ਰਹੀ ਹੈ, ਅਗਾਂਹ ਵੀ ਇੱਦਾਂ ਕਰੇਗੀ।